ਆ ਜਿੱਥੇ ਜਿੱਥੇ ਗੜੇ ਪਏ ਆ, ਮੈਨੂੰ ਲੱਗਦਾ ਘੱਟ ਤੋਂ ਘੱਟ 1000 acres ਜ਼ਮੀਨ, ਕਈ ਪਿੰਡ ਤਬਾਹ ਕਰਤੇ ਗੜੇ। ਅੱਜ ਅਸੈਂਬਲੀ ਦਾ ਸੈਸ਼ਨ ਚ ਵੀ ਹੈ, ਅਸੀਂ ਆਪਣੇ MLA ਸਾਹਿਬ ਨੂੰ ਵੀ ਕਿਹਾ ਉੱਥੇ ਰੇਸ ਕਰ। ਹਰਿਆਣੀ ਸਾਹਿਬ ਜੀ, ਸਪੀਕਰ ਸਾਹਿਬ, ਹਰਿਆਣੀ ਸਾਹਿਬ ਦਾ ਮਾਈਕ ਆਨ ਕਰੋ। ਹਰਿਆਣੀ ਸਾਹਿਬ ਜੀ, ਸਪੀਕਰ ਸਾਹਿਬ ਧੰਨਵਾਦ। ਮੈਂ ਤੁਹਾਡੇ ਧਿਆਨ ਦੇ ਵਿੱਚ ਲਿਆਉਣਾ ਚਾਹੁੰਦਾ, CM ਸਾਹਿਬ ਵੀ ਬੈਠੇ ਨੇ, ਜਿਹੜੀ ਪਰਸੋਂ ਬਰਸਾਤ ਹੋਈ ਆ ਉਹਦੇ ਨਾਲ ਕਾਫੀ ਪਿੰਡਾਂ ਦੇ ਵਿੱਚ ਗੜੇਮਾਰੀ ਦੇ ਨਾਲ, ਝੱਖੜ ਦੇ ਨਾਲ ਤੇ ਬਰਸਾਤ ਦੇ ਨਾਲ, ਬੇਮੌਸਮੀ ਬਰਸਾਤ ਦੇ ਨਾਲ ਕਾਫੀ ਪਿੰਡਾਂ ਦੇ ਵਿੱਚ ਕਿਸਾਨਾਂ ਦੀ ਫਸਲ ਦਾ ਨੁਕਸਾਨ ਹੋਇਆ, ਖਾਸ ਤੌਰ ਤੇ ਕਣਕ ਦਾ, ਆਲੂ ਦਾ, ਤੇ ਖਾਸ ਜਿਹੜਾ ਜ਼ਿਲ੍ਹਾ ਬਠਿੰਡਾ, ਬਠਿੰਡਾ ਜ਼ਿਲ੍ਹੇ ਦੇ ਕਾਫੀ 5-7 ਪਿੰਡ ਮੈਂ ਜਿੱਥੇ ਜ਼ਿਆਦਾ ਨੁਕਸਾਨ ਹੋਇਆ, ਚੱਕ ਅਤਰ ਸਿੰਘ ਵਾਲਾ, ਆਨੰਦਗੜ੍ਹ, ਬਾਜਕ, ਸਰਦਾਰਗੜ੍ਹ, ਕਰਮਗੜ੍ਹ, ਵਿਰਕ ਖੁਰਦ, ਬੁਰਜ ਮਹਿਮਾ ਅਤੇ ਮਹਿਮਾ ਸਰਕਾਰੀ, ਇਹ ਪਿੰਡਾਂ ਹੋਰ ਵੀ ਕਾਫੀ ਪਿੰਡ ਨੇ ਜਿੱਥੇ ਜ਼ਿਆਦਾ ਨੁਕਸਾਨ ਹੋਇਆ। ਮੇਰੀ ਬੇਨਤੀ ਆ ਕਿ ਉਹਦੀ ਤੁਰੰਤ ਗੋਦਾਵਰੀ ਕਰਾ ਕੇ ਕਿਸਾਨਾਂ ਦਾ ਜੋ ਵੀ ਨੁਕਸਾਨ ਹੋਇਆ, ਚਾਹੇ ਕਣਕ ਦੀ ਫਸਲ ਦਾ ਹੋਇਆ, ਚਾਹੇ ਆਲੂ ਦਾ ਹੋਇਆ, ਉਹਨਾਂ ਕਿਸਾਨਾਂ ਨੂੰ ਗੋਦਾਵਰੀ ਕਰਾ ਕੇ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਉਹਦੇ ਨਾਲ ਹੀ ਜਿਹੜਾ ਕਿਸਾਨ ਅੰਦੋਲਨ ਚੱਲ ਰਿਹਾ ਉਹਦੀ ਅਸੀਂ ਹਿਮਾਇਤ ਕਰਦੇ ਹਾਂ ਡਟ ਕੇ, ਕਿਉਂਕਿ ਪੰਜਾਬ ਦਾ ਮੁੱਖ ਕਿੱਤਾ ਖੇਤੀਬਾੜੀ ਆ। ਜੇ ਪੰਜਾਬ ਦਾ ਕਿਸਾਨ ਖੁਸ਼ਹਾਲ ਆ ਤਾਂ ਹੀ ਸਾਰਾ ਪੰਜਾਬ ਖੁਸ਼ਹਾਲ ਆ। ਹਰ ਵਰਗ, ਸਿੱਧੇ ਨਾ ਸਿੱਧੇ ਧਰ, ਕੋਈ ਵੀ ਕਿੱਤਾ ਕਰਨ ਵਾਲਾ ਵਿਅਕਤੀ ਆ ਉਹ ਕਿਸਾਨੀ ਨਾਲ ਜੁੜਿਆ ਹੋਇਆ। ਸੋ ਸਰਕਾਰ ਨੂੰ ਚਾਹੀਦਾ ਕਿ ਕਿਸਾਨਾਂ ਦਾ ਡਟ ਕੇ ਸਾਥ ਦੇਣ। ਹਰਿਆਣਾ ਸਰਕਾਰ ਵੱਲੋਂ ਜੋ ਵੀ ਬਾਰਡਰ ਤੇ ਸਾਡੇ ਕਿਸਾਨਾਂ ਦੇ ਖਿਲਾਫ ਜੋ ਉਹਨਾਂ ਦੇ ਗੋਲੀਆਂ ਚਲਾਈਆਂ ਗਈਆਂ ਉਹਦੀ ਮੈਂ ਸਖ਼ਤ ਸ਼ਬਦਾਂ 'ਚ ਨਿੰਦਾ ਕਰਦਾ ਹਾਂ, ਅਤੇ ਸਰ ਸ਼ੁਭਕਰਨ ਸਿੰਘ ਜੋ ਕਿਸਾਨ ਦੀ ਮੌਤ ਹੋਈ ਆ ਉਹਦੇ ਤੇ ਬਾਏ ਨੇਮ ਹਰਿਆਣੇ ਦੇ ਗ੍ਰਹਿ ਮੰਤਰੀ, ਉਥੋਂ ਦੇ DGP ਅਤੇ ਜਿਹੜੇ ਪੁਲਿਸ ਆਫਿਸਰ ਦੋਸ਼ੀ ਨੇ ਉਹਨਾਂ ਦੇ ਖਿਲਾਫ਼ ਬਾਏ ਨੇਮ ਪਰਚਾ ਦਰਜ ਹੋਣਾ ਚਾਹੀਦਾ। ਅਤੇ ਸਰਕਾਰ ਨੂੰ ਚਾਹੀਦਾ, ਸਾਨੂੰ ਸਾਰਿਆਂ ਨੂੰ ਚਾਹੀਦਾ ਕਿ ਕਿਸਾਨਾਂ ਦੇ ਇਸ ਅੰਦੋਲਨ ਦਾ ਅਸੀਂ ਡਟ ਕੇ ਸਾਥ ਦਈਏ, ਕਿਉਂਕਿ ਬੜੀਆਂ ਜਾਇਜ਼ ਮੰਗਾਂ ਨੇ ਉਹਨਾਂ ਦੀਆਂ, ਜੋ ਵੀ ਮੰਗਾਂ ਨੇ ਕਿਸਾਨਾਂ ਦੀਆਂ ਜਾਇਜ਼ ਮੰਗਾਂ ਨੇ ਉਹ ਕੇਂਦਰ ਸਰਕਾਰ ਨੂੰ ਮੰਨਣੀਆਂ ਚਾਹੀਦੀਆਂ ਨੇ। ਉਹਨਾਂ ਨੇ ਵਾਅਦਾ ਵੀ ਕੀਤਾ, ਚਾਹੇ ਕਿਸਾਨਾਂ ਦਾ ਕਰਜ਼ਾ ਮਾਫ਼ੀ ਦੀ ਗੱਲ ਆ, ਚਾਹੇ ਸਵਾਮੀਨਾਥਨ ਰਿਪੋਰਟ ਆ ਜਿਹੜੀ ਉਹ ਲਾਗੂ ਕਰਨ ਦੀ ਗੱਲ ਹੈ, ਅਤੇ ਇਸ ਤੋਂ ਬਿਨਾਂ ਪਿਛਲੇ ਅੰਦੋਲਨ ਦੌਰਾਨ ਜਿਹੜੇ ਕਿਸਾਨਾਂ ਤੇ ਝੂਠੇ ਪਰਚੇ ਦਰਜ ਕੀਤੇ ਗਏ ਉਹਨਾਂ ਨੂੰ ਰੱਦ ਕਰਨ ਦੀ ਗੱਲ ਆ, ਅਤੇ MSP ਦੀ ਜਿਹੜੀ ਗਰੰਟੀ ਦੀ ਗੱਲ ਹੈ, ਇਹ ਮਸਲੇ ਬੜੇ ਜ਼ਰੂਰੀ ਨੇ। ਸੋ ਇਹ ਜਿਹੜੀਆਂ ਮੰਗਾਂ ਕਿਸਾਨਾਂ ਦੀਆਂ ਕੇਂਦਰ ਸਰਕਾਰ ਨੂੰ ਪ੍ਰਵਾਨ ਕਰਨੀਆਂ ਚਾਹੀਦੀਆਂ। ਧੰਨਵਾਦ ਜੋ ਤੁਸੀਂ ਮੈਨੂੰ ਇਸ ਮੁੱਦੇ ਤੇ ਬੋਲਣ ਦਾ ਮੌਕਾ ਦਿੱਤਾ। ਧੰਨਵਾਦ।